ਪੰਜਾਬ ਪੁਲਿਸ ਦੇ ਜਵਾਨ ਬਲਦੇਵ ਸਿੰਘ ਇਸ ਅੰਗਹੀਣ ਵਿਅਕਤੀ ਦੇ ਪਰਿਵਾਰ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੈ ਅਤੇ ਇਹ ਪਿਆਰ ਅਤੇ ਅਪਣਤ ਇਸੇ ਦਾ ਸਬੂਤ ਹੈ। ਤਸਵੀਰਾਂ ਲੁਧਿਆਣਾ ਦੀਆਂ ਹਨ। ਬਲਦੇਵ ਸਿੰਘ ਨੇ ਮਹਾਮਾਰੀ ਦਰਮਿਆਨ ਇਸ ਪਰਿਵਾਰ ਦੀ ਮਦਦ ਦੀ ਪੂਰੀ ਜ਼ਿੰਮੇਵਾਰੀ ਸਾਂਭੀ ਹੋਈ ਹੈ। ਇਸ ਪਰਿਵਾਰ ਨੂੰ ਬਲਦੇਵ ਸਿੰਘ ਅਤੇ ਉਸਦੇ ਦੋਸਤ ਸੰਨੀ ਨੇ ਗੋਦ ਲਿਆ ਹੈ, ਪਰ ਅੱਜ ਕੱਲ੍ਹ 2 ਕਿਲੋ ਆਟਾ ਦਾਨ ਕਰ ਸੈਲਫੀਆਂ ਅਤੇ ਵੀਡੀਓ ਬਣਾ ਫੇਸਬੁੱਕ 'ਤੇ ਪਾਉਣ ਵਾਲੇ ਦਾਨੀਆਂ ਤੋਂ ਇਹ ਦਾਨੀ ਸੱਜਣ ਥੋੜਾ ਹਟਕੇ ਹਨ। ਦਾਨ ਕਰਦੇ ਹਨ ਪਰ ਵਿਖਾਵੇ ਲਈ ਨਹੀਂ, ਇਹ ਇਹਨਾਂ ਦੀ ਸੋਚ ਹੈ। ਇਹ ਅੰਗਹੀਣ ਵਿਅਕਤੀ ਦਾ ਪਰਿਵਾਰ ਇਹਨਾਂ ਦੀ ਸੇਵਾ ਭਾਵਨਾ ਦਾ ਕਾਇਲ ਹੈ। ਉਹਨਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਹੀ ਮੰਨਦੇ ਹਨ। ਜਦੋਂ ਉਹਨਾਂ ਦੀ ਮਦਦ ਲਈ ਪਹੁੰਚਦੇ ਹਨ ਤਾਂ ਉਹਨਾਂ ਨੂੰ ਚਾਅ ਚੜ ਜਾਂਦਾ ਹੈ। ਉਹਨਾਂ ਨੇ ਆਪਣੇ ਵੱਲੋਂ ਕੀਤੀ ਸੇਵਾ ਦੀ ਕਦੇ ਵੀਡੀਓ ਜਾਂ ਫੋਟੋ ਖਿੱਚ ਸੋਸ਼ਲ ਮੀਡੀਆ 'ਤੇ ਨਹੀਂ ਪਾਈ। ਸਾਡੇ ਵੱਲੋਂ ਵੀ ਕਈ ਵਾਰ ਅਪੀਲ ਕਰਨ 'ਤੇ ਉਹ ਕੈਮਰੇ ਸਾਹਮਣੇ ਆ ਕੇ 2 ਸ਼ਬਦ ਬੋਲਣ ਲਈ ਤਿਆਰ ਹੋਏ। ਅੱਜ ਅਸੀਂ ਇਸ ਪਰਿਵਾਰ ਨੂੰ ਜੀ ਰਾਸ਼ਨ ਦੇਣ ਆਏ ਹਾਂ ਜੀ। ਇਹ ਪਰਿਵਾਰ, ਇਹ ਹੈਂਡੀਕੈਪਟ ਮੁੰਡਾ ਜੀ, ਕਿਤੇ ਚੱਲ ਨਹੀਂ ਸਕਦਾ, ਕਿਤੇ ਕੋਈ ਕੰਮ ਕਾਰ ਨਹੀਂ ਕਰ ਸਕਦਾ ਜੀ। ਠੀਕ ਹੈ ਜੀ। ਇਸ ਪਰਿਵਾਰ ਨੂੰ ਅਸੀਂ ਆਪਣੇ ਨਾਲ ਅਟੈਚ ਕਰਿਆ ਹੋਇਆ ਜੀ। ਠੀਕ ਹੈ ਜੀ। ਇਹ ਪਰਿਵਾਰ ਨੂੰ ਦੇਖਣ ਤੋਂ ਹੀ ਪਤਾ ਲੱਗਦਾ ਕੰਮ, ਇਹ ਵੀਡੀਓ ਦਾ ਕੋਈ ਉਹ ਨਹੀਂ ਗਾ, ਮੇਨ ਮਕਸਦ ਇਹ ਆ ਵੀ ਇਸ ਪਰਿਵਾਰ ਵੱਲ ਦੇਖਿਆ ਜਾਵੇ ਜੀ ਕਿਸੇ ਨਾ ਕਿਸੇ ਤਰੀਕੇ ਵੀ। ਠੀਕ ਹੈ ਜੀ। ਇਹਨਾਂ ਦੇ ਘਰ ਦੇ 6-7 ਜੀ ਨੇ ਜੀ। ਉਹਨਾਂ ਨੂੰ ਅੱਜ ਅਸੀਂ ਰਾਸ਼ਨ ਦੇ ਕੇ ਜਾ ਰਹੇ ਹਾਂ ਜੀ। ਅਸੀਂ ਜਿੰਨੇ ਵੀ ਪਰਿਵਾਰ ਗਰੀਬ ਨੇ ਉਹਨਾਂ ਨੂੰ ਆਪਣੇ ਨਾਲ ਅਟੈਚਮੈਂਟ ਕੀਤਾ ਹੋਇਆ ਜੀ। ਹਫ਼ਤੇ 10-15 ਦਿਨ ਹੀ ਅਸੀਂ ਇਹਨਾਂ ਕੋਲ ਗੇੜਾ ਮਾਰਦੇ ਹਾਂ ਜੀ ਅਤੇ ਇਹਨਾਂ ਤੱਕ ਰਾਸ਼ਨ ਪਹੁੰਚਾ ਰਹੇ ਹਾਂ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ, ਜਿਹੜੀ ਆ ਬਿਮਾਰੀ ਚੱਲਦੀ ਪਈ ਹੈ, ਇਹ ਬਿਮਾਰੀ ਦੇ ਚੱਲਦੇ ਸਾਨੂੰ ਸਭ ਦੀ, ਗਰੀਬ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਸਾਰਿਆਂ ਦੀ ਮਦਦ ਕਰ ਵੀ ਰਹੇ ਹਾਂ। ਸਾਡਾ ਕੋਈ ਮੇਨ ਮਕਸਦ ਇਹ ਫੇਸਬੁੱਕ 'ਤੇ ਜਾਂ ਵਟਸਐਪ 'ਤੇ ਕੋਈ ਵੀਡੀਓ ਅਪਲੋਡ ਕਰਨ ਦਾ ਨਹੀਂ ਹੈ। ਇਹ ਤਾਂ ਸਾਡੇ ਪੱਤਰਕਾਰ ਭਾਈਚਾਰੇ ਜਿਹੜੇ ਨੇ ਔਨ ਦਾ ਸਪੋਟ ਕਿਤੇ ਆ ਗਏ ਨੇ, ਤਾਂ ਕਰਕੇ ਇਹ ਵੀਡੀਓ ਇੱਥੇ ਸ਼ੇਅਰ ਕੀਤੀ ਗਈ ਹੈ। ਨਹੀਂ ਤਾਂ ਅਦਰਵਾਈਜ਼ ਤਾਂ ਅਸੀਂ ਤਾਂ ਆਏ ਸੀ। ਇੱਥੇ ਇੱਕ ਹੈਂਡੀਕੈਪ ਹੈਗੇ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੇ ਸ਼੍ਰੀ ਬਲਦੇਵ ਸਿੰਘ ਜੀ ਨੇ ਅਡੋਪਟ ਕੀਤਾ ਅਤੇ ਇਹ ਉਹਨਾਂ ਨੂੰ ਜਦੋਂ ਤੱਕ ਲੋਕਡਾਊਨ ਹੈਗਾ ਉਦੋਂ ਤੱਕ ਰਾਸ਼ਨ ਦੇ ਰਹੇ ਨੇ ਅਤੇ ਸਾਡੇ ਸਹਿਯੋਗ, ਅਸੀਂ ਸਾਰੇ ਸਹਿਯੋਗੀ ਮਿਲ ਕੇ ਹਰ ਗਰੀਬ ਪਰਿਵਾਰ ਦਾ ਮਦਦ ਕਰ ਰਹੇ ਹਾਂ ਅਤੇ ਸਾਨੂੰ ਚਾਹੀਦਾ ਹੈ ਕਿ ਸਾਰੇ ਮਿਲ ਕੇ ਅਸੀਂ ਇਸ ਦੌਰ ਦੇ ਵਿੱਚ ਸਾਰੇ ਨਾਲ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਕਰ ਸਕੀਏ। ਸਾਰੇ ਮਿਲ ਕੇ ਗਰੀਬਾਂ ਦੀ ਮਦਦ ਕਰੋ। ਇਹੀ ਇੱਕ ਟਾਈਮ ਹੈਗਾ ਜਿਹੜਾ ਤੁਸੀਂ ਹਰ ਬੰਦੇ ਦੀ ਮਦਦ ਕਰ ਸਕਦੇ ਹੋ। ਲੋੜਵੰਦ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਾਡੀ ਹਰ ਤਰੀਕੇ ਨਾਲ ਮਦਦ ਕਰ ਰਹੇ ਹਨ। ਜਦੋਂ ਤੋਂ ਸਭ ਕੁਝ ਬੰਦ ਹੋਇਆ ਹੈ ਤਾਂ ਉਹ ਮੁਸ਼ਕਲ ਵਿੱਚ ਹਨ। ਆਮਦਨੀ ਦਾ ਕੋਈ ਜ਼ਰੀਆ ਨਹੀਂ, ਉੱਪਰੋਂ ਰਾਸ਼ਨ ਪਾਣੀ ਦੀ ਵੀ ਦਿੱਕਤ ਸੀ, ਪਰ ਬਲਦੇਵ ਸਿੰਘ ਸਾਡੇ ਲਈ ਮਸੀਹਾ ਬਣ ਕੇ ਬੌੜੇ। ਉਹ ਹਰ ਤਰ੍ਹਾਂ ਸਾਡੀ ਮਦਦ ਕਰ ਰਹੇ ਹਨ, ਰਾਸ਼ਨ ਪਹੁੰਚਾ ਰਹੇ ਹਨ, ਸਾਡਾ ਹਾਲ ਰੋਜ਼ ਪੁੱਛਣ ਆਉਂਦੇ ਹਨ। ਜੀ ਸਰ ਨਮਸਕਾਰ। ਮੈਂ ਆਪਣੇ ਪੰਜਾਬ ਦੇ ਪ੍ਰਸ਼ਾਸਨ ਕੋ ਤਹਿ ਦਿਲ ਸੇ ਧੰਨਵਾਦ ਦੇਤਾ ਹੂੰ। ਇਹਨਾਂ ਮੇਰੇ ਲਈ ਬਹੁਤ ਕੁਛ ਕਰਦੇ, ਯਹਾਂ ਤੱਕ ਕਿ ਅੱਜ ਤੱਕ ਮੈਨੇ ਇਨਕੋ ਇੱਕ ਵਾਰ ਫੋਨ ਨਹੀਂ ਕੀਤਾ, ਲੇਕਿਨ ਫਿਰ ਵੀ ਮੇਰੇ ਪਾਸੇ ਖੁਦ ਫੋਨ ਕਰਕੇ ਮੇਰੇ ਲਈ ਸੋਚਦੇ ਔਰ ਜਹਾਂ ਤੱਕ ਹੋਤਾ ਹੈ ਇਨਸੇ ਮੇਰੀ ਹੈਲਪ ਕਰਦੇ ਹੈ। ਇਹ ਲੈ ਕੇ ਤੀਸਰਾ ਵਾਰ ਰਾਸ਼ਨ ਮੁਝੇ ਮਿਲਾ ਹੈ ਇਨਕੇ ਜ਼ਰੀਏ, ਤੋ ਮੈਂ ਪੁਨਃ ਇਨਕੋ ਤਹਿ ਦਿਲ ਸੇ ਧੰਨਵਾਦ ਦਊਂਗਾ ਔਰ ਪਰਮਾਤਮਾ ਸੇ ਪ੍ਰਾਰਥਨਾ ਕਰੂੰਗਾ ਕਿ ਹਮਾਰੇ ਪ੍ਰਸ਼ਾਸਨ ਜਾਂ ਹਮਾਰੇ ਹੈਲਥ ਵਿਭਾਗ ਕੇ ਸਭ ਸੁਖੀ ਸੰਪੰਨ ਔਰ ਸਵਸਥ ਰਹੇ। ਇਹ ਹਮਾਰੀ ਹਾਰਦਿਕ ਤਮੰਨਾ ਹੈ। ਹਮਾਰੇ ਪਰਿਵਾਰ ਮੈਂ ਹਮ ਹੈ ਤੋ ਹਮਾਰੀ ਵਾਈਫ ਹੈ ਤੋ ਬੱਚੇ ਹੈ ਦੋ ਪੋਤੇ ਹੈ 3। ਸਰ ਮੈਂ ਤਾਂ ਪਹਿਲੇ ਹੀ ਕਿਹਾ ਕਿ ਮੇਰੇ ਲਈ ਇਤਨਾ ਸੋਚਦੇ ਹੈ ਜਿਤਨਾ ਮੇਰੇ ਸਗੇ ਸੰਬੰਧੀ ਨਹੀਂ ਸੋਚਦੇ। ਨਹੀਂ ਸਰ, ਮੈਂ ਆਪਣੇ ਮੁਹੱਲੇ ਮੈਂ ਦੇਖਾ ਹੂੰ ਪ੍ਰਸ਼ਾਸਨ ਕੇ ਜ਼ਰੀਏ ਰਾਸ਼ਨ ਮਿਲਾ ਹੈ। ਵਾਕਈ ਇਹ ਤਸਵੀਰਾਂ ਸਕੂਨ ਦੇਣ ਵਾਲੀਆਂ ਹਨ। ਇਨਸਾਨੀਅਤ ਹਾਲੇ ਜਿੰਦਾ ਹੈ। ਮਨੁੱਖਤਾ ਦੀ ਸੇਵਾ ਕਰਦੇ ਬਲਦੇਵ ਸਿੰਘ ਵਰਗੇ ਲੋਕ ਹੋਰਾਂ ਲਈ ਮਿਸਾਲ ਹਨ, ਜੋ ਇਸ ਸਮਰੱਥ ਹਨ ਕਿ ਕਿਸੇ ਦੀ ਮਦਦ ਕਰ ਸਕਦੇ ਹਨ, ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਹੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।